ਸਰਕਾਰੀ ਬਾਬੂ ਕਿੰਨਾ ਕੁ ਕੰਮ ਕਰਦੇ ਨੇ। ਭਾਗਵਾਨ ਨੇ ਤੂੰ ਮੇਰੀ ਇੱਕ ਗੱਲ ਮੰਨੇਗੀ? ਜੇ ਤੂੰ ਮੰਨੇਗੀ ਤਾਂ ਤੈਨੂੰ ਮੈਂ ਇੱਕ ਦੀ ਜਗ੍ਹਾ 2 ਸੂਟ ਲੈ ਦੂੰ, ਉਹ ਵੀ ਤੇਰੀ ਪਸੰਦ ਦੇ। ਹਾਂਜੀ ਹਾਂਜੀ ਦੱਸੋ। ਤੈਨੂੰ ਲੱਗਦਾ ਨਾ ਸਰਕਾਰੀ ਬਾਬੂ ਵਿਹਲੇ ਹੁੰਦੇ ਆ, ਹੁਣ ਤੈਨੂੰ ਸੂਟ ਸਰਕਾਰੀ ਤਰੀਕੇ ਨਾਲ ਹੀ ਲੈਣਾ ਪੈਣਾ। ਆਪਾਂ ਹੁਣ ਸੂਟ ਬਾਰੇ ਕੋਈ ਗੱਲ ਨਹੀਂ ਕਰਨੀ, ਹੁਣ ਤੂੰ ਸੂਟ ਲੈਣ ਲਈ ਮੈਨੂੰ ਇੱਕ ਅਰਜੀ ਲਿਖੇਗੀ। ਜਿੱਦਣ ਤੇਰੀ ਅਰਜੀ ਮਨਜ਼ੂਰ ਹੋ ਗਈ ਤੈਨੂੰ ਇੱਕ ਦੀ ਜਗ੍ਹਾ 2 ਸੂਟ ਲੈ ਦੇਵਾਂਗਾ। ਠੀਕ ਹੈ ਠੀਕ ਹੈ, ਪਰ ਤੁਸੀਂ ਆਪਣੇ 2 ਸੂਟਾਂ ਵਾਲੇ ਵਾਅਦੇ ਤੋਂ ਨਾ ਮੁੱਕਰ ਜਾਇਓ ਪਲੀਜ਼। ਤੇਰੀ ਤੋਂ ਨਹੀਂ ਮੁੱਕਰਦਾ, ਬਸ ਤੂੰ ਅੱਜ ਤੋਂ ਇੱਕ ਅਰਜੀ ਲਿਖ ਕੇ ਮੇਰੀ ਜੇਬ ਚ ਪਾ ਦਿਆ ਕਰ। ਮੈਂ ਉਹ ਅਰਜੀ ਦਫ਼ਤਰ ਜਾ ਕੇ ਪੜ੍ਹ ਲਿਆ ਕਰੂੰਗਾ ਤੇ ਉਹਦਾ ਜਵਾਬ ਲਿਖ ਕੇ ਮੈਂ ਜੇਬ ਚ ਪਾ ਲਿਆ, ਤੇ ਤੂੰ ਮੇਰੇ ਘਰੇ ਆਉਣ ਤੇ ਉਹ ਅਰਜੀ ਦਾ ਜਵਾਬ ਪੜ੍ਹ ਕੇ ਅਗਲੀ ਕਾਰਵਾਈ ਕਰ ਲਿਆ ਕਰ। ਮਨਜ਼ੂਰ? ਮਨਜ਼ੂਰ। ਸੇਵਾ ਵਿਖੇ ਪਿਆਰੇ ਪਤੀ ਜੀ, ਵਿਸ਼ਾ ਨਵਾਂ ਸੂਟ ਲੈਣ ਬਾਰੇ ਅਰਜੀ। ਸ਼੍ਰੀਮਾਨ ਜੀ, ਮੈਂ ਤੁਹਾਡੀ ਪਤਨੀ ਆਪ ਜੀ ਨੂੰ ਇਹ ਬੇਨਤੀ ਕਰਦੀ ਹਾਂ ਕਿ ਮੈਂ ਨਵਾਂ ਸੂਟ ਲੈਣਾ ਚਾਹੁੰਦੀ ਹਾਂ, ਕਿਰਪਾ ਕਰਕੇ ਮੈਨੂੰ ਨਵਾਂ ਸੂਟ ਲੈਣ ਦੀ ਆਗਿਆ ਦਿੱਤੀ ਜਾਵੇ। ਆਪ ਜੀ ਦੀ ਅਤਿ ਧੰਨਵਾਦੀ ਹੋਵਾਂਗੀ। ਆਪ ਜੀ ਦੀ ਆਗਿਆਕਾਰੀ, ਤੁਹਾਡੀ ਪਿਆਰੀ ਪਤਨੀ। ਪਿਆਰੀ ਸ਼੍ਰੀਮਤੀ ਜੀ, ਆਪ ਦੁਆਰਾ ਦਿੱਤੀ ਗਈ ਅਰਜੀ ਪੜ੍ਹ ਲਈ ਗਈ ਹੈ ਕਿ ਤੁਸੀਂ ਨਵਾਂ ਸੂਟ ਲੈਣਾ ਚਾਹੁੰਦੇ ਹੋ, ਪਰ ਤੁਸੀਂ ਅਰਜੀ ਵਿੱਚ ਸੂਟ ਲੈਣ ਦਾ ਕਾਰਨ ਨਹੀਂ ਲਿਖਿਆ, ਸੋ ਅਰਜੀ ਨੂੰ ਦਰੁਸਤ ਕਰਕੇ ਦੁਬਾਰਾ ਭੇਜਿਆ ਜਾਵੇ। ਧੰਨਵਾਦ। ਜੀ ਅਰਜੀ ਮੈਂ ਨਾ ਤੁਹਾਡੀ ਪੈਂਟ ਵਾਲੀ ਜੇਬ ਚ ਪਾ ਦਿੱਤੀ, ਤੁਸੀਂ ਦੇਖ ਲਿਓ। ਪਿਆਰੀ ਸ਼੍ਰੀਮਤੀ ਜੀ, ਤੁਹਾਡੇ ਵੱਲੋਂ ਦਰੁਸਤ ਕੀਤੀ ਅਰਜੀ ਤੇ ਗੌਰ ਕਰਨ ਤੋਂ ਬਾਅਦ ਸਰਕਾਰ ਇਹ ਜਾਣਨਾ ਚਾਹੁੰਦੀ ਹੈ ਕਿ ਤੁਹਾਡੇ ਸੂਟ ਲੈਣ ਦੀ ਮੰਗ ਜਾਇਜ਼ ਹੈ, ਪਰ ਜਿਹੜੇ ਪਹਿਲਾਂ ਸੂਟ ਲਏ ਗਏ ਸਨ ਉਹ ਕਿੱਥੇ ਹਨ? ਕਿਰਪਾ ਕਰਕੇ ਉਹਨਾਂ ਦਾ ਵੇਰਵਾ ਪਾਇਆ ਜਾਵੇ। ਧੰਨਵਾਦ। ਜਿਵੇਂ ਤੁਸੀਂ ਅਰਜੀ ਵਿੱਚ ਲਿਖਿਆ ਕਿ ਤੁਹਾਡੇ ਪੁਰਾਣੇ ਸੂਟ ਖਰਾਬ ਹੋ ਗਏ ਹਨ ਜਾਂ ਫਟ ਗਏ ਹਨ, ਪਰ ਸਰਕਾਰ ਸਬੂਤ ਮੰਗਦੀ ਹੈ, ਸੋ ਕਿਰਪਾ ਕਰਕੇ ਆਪਣੇ ਪੁਰਾਣੇ ਸੂਟ ਨੂੰ ਅਰਜੀ ਨਾਲ ਨੱਥੀ ਕੀਤਾ ਜਾਵੇ। ਪੁਰਾਣਾ ਸੂਟ ਅਰਜੀ ਨਾਲ ਨੱਥੀ ਕੀਤਾ। ਤੁਹਾਡੇ ਅਰਜੀ ਨਾਲ ਨੱਥੀ ਕੀਤੇ ਸੂਟ ਦੀ ਚੰਗੀ ਤਰ੍ਹਾਂ ਪੜਤਾਲ ਕਰਨ ਤੋਂ ਬਾਅਦ ਤੁਹਾਡੇ ਨਵੇਂ ਸੂਟ ਦੀ ਮੰਗ
जायज मनी गई है। सो कृपा करके जिहड़ा नवां सूट तुसी लैना चाहुंदे हो उस दियां अलग अलग दो तीन कोटेशनां लैके जल्दी दसो। जो तुसी नवे सूट दियां तीन कोटेशनां भेजियां सन उस विच सब तो घट रेट वाले सूट की कोटेशन नूं स्वीकार कर लिया गया है, पर मैनूं यह दसदे हुए बड़ी नमोशी हो रही है कि सरकार की अर्थव्यवस्था ठीक ना होने कारण तुहाडे नवे सूट की मंग रद्द की जाती है। धन्यवाद। जे मैंने सूट लेके देना ही नहीं सी तो इन्ने दिन मेरी पकाई क्यों कराई? देख भगवानी, इस विषय से मैं तेरे नाल कोई गल नहीं करनी। जे तू कुछ कहना चाहनी है जां तेनू कोई शिकायत है तो मैनूं लिखती रूप च दे। मैनूं नहीं चाहिए तुहाडे सूट, रखो अपने कोल। मैं घर छड़ के चली अपने पेक्यां नूं, रहो कल्ले ते करी जाओ ते करी जाओ सरकार दी नौकरी। मैं भी तलाक दे कागज भेजूंगी ते पढ़ के मंजूर कर दियो। गुड बाय। जेकर तुसी ये घर छड के जाना चाहते हो तो इस घर विच जिहड़ी असामी तुसी खाली करके जा रहे हो कृपा करके उसनू भरन दी NOC दे के जाण दी कृपालता करनी तां जो खाली असामी नू जल्दी तो जल्दी भरिया जावे अते इस घर विच रहिंदे बशिंदियां नू किसी किस्म दी मुश्किल ना आवे। धन्यवाद। ਹੁਣ ਪਤਾ ਲੱਗਿਆ ਸਰਕਾਰੀ ਬੰਦੇ ਕਿੰਨੇ ਕੁ ਵਿਹਲੇ ਹੁੰਦੇ ਆ। ਮੇਰਾ ਮਕਸਦ ਤੈਨੂੰ ਰਵਾਉਣਾ ਨਹੀਂ ਸੀ, ਸਿਰਫ ਤੈਨੂੰ ਸਮਝਾਉਣਾ ਹੀ ਸੀ ਕਿ ਸਾਡੀਆਂ ਕੀ ਮਜਬੂਰੀਆਂ ਹੁੰਦੀਆਂ ਨੇ। ਸੂਟਾਂ ਦੀ ਕੀ ਗੱਲ ਕਰਦੀ ਆ ਤੂੰ, ਸੂਟਾਂ ਦੀ ਤਾਂ ਦੁਕਾਨ ਖਰੀਦ ਦੂੰ। ਚੱਲ ਆ ਕਮਲੀ।